ਜੇਲ੍ਹ ਪ੍ਰਸ਼ਾਸਨ ਵੱਲੋਂ ਸਰਚ ਦੇ ਦੌਰਾਨ 5 ਮੋਬਾਈਲ ਫੋਨ ਬਰਾਮਦ ਕੀਤੇ ਗਏ ਆ, ਜਿਨ੍ਹਾਂ ਦੇ ਤਹਿਤ ਅਲੱਗ ਅਲੱਗ ਦੋਸ਼ੀਆਂ ਦੇ ਖਿਲਾਫ 5 FIRs ਸਾਡੇ ਵੱਲੋਂ ਲੌਂਚ ਕੀਤੀਆਂ ਗਈਆਂ ਨੇ। ਜੀ ਜੀ ਜੀ, ਇੱਕ ਮੋਬਾਈਲ ਉਹਦੀ ਬੈਰਕ ਦੇ ਵਿੱਚੋਂ ਵੀ ਤੋਂ ਬਰਾਮਦ ਕੀਤਾ ਗਿਆ ਸੀਗਾ। ਉਹਦੇ ਖਿਲਾਫ ਇਹ ਮੋਬਾਈਲ ਫੋਨ ਨਾਲ ਵੱਖਰਾ ਪਰਚਾ ਦਿੱਤਾ ਗਿਆ ਹੈ, ਅਤੇ ਜੋ ਉਹ ਭੱਜਿਆ ਹੈ ਉਹ ਇੱਕ ਅਲੱਗ ਤੋਂ FIR, ਉਹ ਸੈਪਰੇਟ ਹੈ। ਮੋਬਾਈਲਸ ਵਾਲੇ ਜਿਹੜੇ FIRs, ਉਹ ਤਾਂ ਐਸ ਪਰ ਪ੍ਰੋਸੀਜਰ ਜੋ ਅਸੀਂ ਕਰਦੇ ਹਾਂ ਉਹ ਉਸੇ ਤਰੀਕੇ ਨਾਲ ਲਿਆਂਦੀ ਜਾ ਰਹੀ ਹੈ, ਪਰ ਜੋ ਭਗੌੜਾ ਹੋਇਆ ਕਿਦੀ ਉਹਨੂੰ ਫੜਨ ਦੇ ਲਈ ਅਲੱਗ ਅਲੱਗ ਟੀਮਾਂ ਬਣਾਈਆਂ ਗਈਆਂ ਨੇ, ਅਤੇ ਹੋਪਫੁਲੀ ਛੇਤੀ ਸਾਡੇ ਕਾਬੂ ਹੋਊਗਾ।